ਫਰੀਦਕੋਟ ਬਾਈਪਾਸ ਤੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਦੇ ਵੱਲੋਂ ਬੰਦ ਰੇਲਵੇ ਫਾਟਕ ਦੇ ਨਾਲ ਤੇਜ਼ੀ ਦੇ ਨਾਲ ਟੱਕਰ ਹੋ ਗਈ। ਮੋਟਰਸਾਈਕਲ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਫਾਟਕ ਬੰਦ ਕਰਨ ਵਾਲੇ ਪੋਲ ਟੁੱਟ ਕੇ ਸੜਕ ਦੇ ਉੱਤੇ ਡਿੱਗ ਗਏ ਅਤੇ ਦੋਨੋਂ ਵਿਅਕਤੀ ਫਰੀਦਕੋਟ ਤੋਂ ਪਿੰਡ ਦੇਵੀਵਾਲਾ ਜਾ ਰਹੇ ਸਨ। ਇਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਅਤੇ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸਾਡੇ ਪਿੰਡ ਦੇ ਦੋ ਆਦਮੀਆਂ ਦੀ ਰਾਤ ਐਕਸੀਡੈਂਟ ਹੋਇਆ ਰੇਲਵੇ ਫਾਟਕ ਪਰ, ਜਿਹਦੇ 'ਚ ਮਹਿੰਦਰ ਸਿੰਘ ਉਮਰ ਲਗ 55 ਸਾਲ ਸਨ ਆਫ ਗੁਰਦਿਆਲ ਸਿੰਘ ਦੀ ਡੈਥ ਹੋ ਗਈ ਆ ਅਤੇ ਦੂਸਰਾ ਰਾਮਚੰਦ ਸਿੰਘ ਸਨ ਆਫ ਕਰਤਾਰ ਸਿੰਘ ਜ਼ਖਮੀ ਹੈ ਮੈਡੀਕਲ ਹਾਲ 'ਚ, ਇੱਥੇ ਦਾ ਜ਼ਖਮੀ ਹੈ ਜੀ। ਇਹ ਦੋਨੇ ਗਰੀਬ ਆਦਮੀ ਸੀ, ਵਿਚਾਰੇ ਫਰੀਦਕੋਟ ਆਏ ਸੀਗੇ ਕਿਸੇ ਕੰਮ ਲਈ ਆਪਦੇ ਲਈ, ਅਤੇ ਇਹਨਾਂ ਰਾਤ ਕੋਈ ਕਰੀਬ 6:30-7 ਵਜੇ ਦੇ ਕਰੀਬ ਇਹਨਾਂ ਦਾ ਜਿਹੜਾ ਰੇਲਵੇ ਫਾਟਕ ਦੇ ਐਕਸੀਡੈਂਟ ਹੋ ਗਿਆ, ਜਿਨ੍ਹਾਂ 'ਚੋਂ ਇੱਕ ਦੀ ਡੈਥ ਹੋ ਗਈ ਆ ਅਤੇ ਇੱਕ ਜ਼ਖਮੀ ਹਾਲਤ 'ਚ ਐਮਰਜੈਂਸੀ ਦਾਖਲਾ ਜੀ। ਕਾਰਨ ਕੀ ਦੱਸਿਆ ਜਾ ਰਿਹਾ? ਇਹ ਦੱਸਿਆ ਜਾ ਰਿਹਾ ਕੋਈ ਲਾਈਟ ਪੈ ਗਈ ਜੀ, ਲਾਈਟ ਪੈਣ ਦੇ ਕਾਰਨ ਕੋਈ ਵੀ ਫਾਟਕ ਨਾਲ ਇਹਨਾਂ ਦਾ ਜਿਹੜਾ ਮੋਟਰਸਾਈਕਲ 'ਤੇ ਸੀ ਆਪਦੇ ਅਤੇ ਉਹਦੇ ਸਾਹਮਣੋਂ ਲਾਈਟ ਪੈਣ ਕਾਰਨ ਇਹ ਜਿਹੜਾ ਹੈਗਾ ਜੀ ਚੱਕਰ ਹੋ ਗਈ ਹੈ। ਕਿੱਧਰੋਂ ਕਿੱਧਰ ਜਾ ਰਹੇ? ਇਹ ਜੀ ਆਪਣੇ ਫਰੀਦਕੋਟ ਤੋਂ ਚਵਾਇਆ ਚਹਿਲ ਵਾਪਸ ਆਪਣੇ ਪਿੰਡ ਦੇਵੀ ਵਾਲਾ ਜਾ ਰਹੇ ਸੀ। ਫੂਡ ਗ੍ਰੇਨ ਜਿਹੜੀ ਹੈਗੀ ਉਹ ਕੋਟਪੂਰਾ ਜਾ ਰਹੀ ਸੀ, ਫਾਟਕ ਬੰਦ ਸੀਗਾ ਤਲਵੰਡੀ ਬਾਈਪਾਸ ਵਾਲਾ। ਡਿਸਕਵਰ ਮੋਟਰਸਾਈਕਲ 'ਤੇ ਦੋ ਜਣੇ ਸੀ, ਮਹਿੰਦਰ ਸਿੰਘ ਅਤੇ ਰਾਮਚੰਦ ਸੀ, ਦੇਵੀ ਵਾਲੇ ਪਿੰਡ ਦੇ ਰਹਿਣ ਵਾਲੇ ਸੀ। ਇਹ ਆਪਦੇ ਪਿੰਡ ਨੂੰ ਜਾ ਰਹੇ ਸੀ ਅਤੇ ਮੋਟਰਸਾਈਕਲ ਤੇਜ਼ ਰਫਤਾਰੀ ਨਾਲ ਹੋਣ ਕਰਕੇ ਜਿਹੜਾ ਹੈਗਾ ਉਹ ਫਾਟਕ ਦੇ ਨਾਲ ਟਕਰਾ ਗਿਆ, ਫਾਟਕ ਦਾ ਜਿਹੜਾ ਪੋਲ ਟੁੱਟ ਗਿਆ। ਇਹਨਾਂ ਦੋਨੇ ਜਿਹੜੇ ਮੌਕੇ 'ਤੇ ਇੰਜਰਡ ਹੋ ਗਏ। 108 ਨੇ ਜਿਹੜਾ ਇਹਨੂੰ ਦਾਖਲ ਕਰਾਇਆ ਸੀ, ਤਾਂ ਮਹਿੰਦਰ ਸਿੰਘ ਦੀ ਜਿਹੜੀ ਹੈਗੀ ਹਸਪਤਾਲ ਜਾ ਕੇ ਮੌਤ ਹੋ ਗਈ ਹੈ। ਇਹਦੇ ਸੰਬੰਧ ਦੇ ਵਿੱਚ ਅਸੀਂ ਸਟੇਸ਼ਨ ਮਾਸਟਰ ਦੀ ਜਿਹੜੀ ਲਿਖਤ ਹੈ ਉਹਨਾਂ ਦੇ ਇਹੀ ਮੁਕੱਦਮਾ 279-327-337 ਦਾ ਦਰਜ ਕਰਤਾ। ਸਰ, ਐਕਸੀਡੈਂਟ ਦਾ ਕਾਰਨ ਕੀ? ਤੇਜ਼ ਰਫ਼ਤਾਰ ਸੀ? ਤੇਜ਼ ਰਫ਼ਤਾਰ ਸੀ, ਲਾਪਰਵਾਹੀ ਸੀ, ਤੇਜ਼ ਰਫ਼ਤਾਰ ਸੀ, ਦੋਨੋਂ ਚੀਜ਼ਾਂ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।